ਠੰਡਾ ਮਿਲ ਗਿਆ ਅੰਕਲ ਨੂੰ। ਹੈ ਅੰਕਲ ਜੱਗਾ? ਅੰਕਲ ਜੱਗਾ ਕਿੱਥੇ ਗਿਆ ਭਾਈ? ਲਓ ਜੀ ਬਾਈ, ਭੂਰੀ ਬਾਈ ਪਾਏ ਆ ਇਹਨੇ, ਰੇਹ ਵਾਲੇ ਕੱਢਤੇ ਬੱਟ, ਹੁਣ ਦੱਸਦੇ ਕਿੰਨੇ ਪਾਰ। ਸਤਿ ਸ਼੍ਰੀ ਅਕਾਲ ਜੀ, ਆਪਾਂ ਨੇ ਪਾਰਤੇ ਬਾਈ ਆਪਣੇ ਪਾ ਹੋਏ ਤਾਂ 6 ਟਰਾਲੇ, ਜੇ ਕਿਤੇ 7 ਵੀ ਹੁੰਦੇ 7ਵੇਂ ਵੀ ਪਸਾ ਦੇਣਾ ਤਾਂ ਵਿੱਚ। ਕਿੰਨੇ ਵਿਗੇ ਜੀ? ਤੇ 5 ਵਿਗੇ ਚ। ਯਾਰ ਆਏ ਦਾ ਝੂਠ ਦਾ ਬੋਲੇਗਾ, ਧੱਕਾ ਕਰਦਾ ਤੂੰ। ਭਾਈਆਂ ਨੂੰ ਜਾ ਕੇ ਪੁੱਛ ਲਾ, 6 ਟਰਾਲੇ ਪਾਏ ਮੈਂ ਪੂਰੇ, ਜੇ 7 ਵੀ ਹੁੰਦੇ ਮੈਂ 7 ਵੀ ਪਾ ਜਾਣੇ ਤੇ ਫਿਰ ਮੈਂ ਹੋਰ ਜਮਾ ਹੀ ਹੋਲੀ 6ਵਾਂ ਟਰਾਲਾ ਦਾ ਜਿਹੜਾ ਮਹਾ ਘਟਨਾ ਜਾਵੇ, ਥੋੜਾ ਜਿਹਾ ਰੇਸ ਮੈਂ ਜ਼ਿਆਦਾ ਰੱਖ ਲਈ। ਹਾਂ ਬਾਕੀ ਬਾਈ ਭੂਰੀ ਨੇ ਵੀ ਬੀਜ ਜਾ ਕਹਿੰਦਾ ਭਿਓਇਆ, ਅੱਜ ਪਨੀਰੀਆਂ ਬਾਈ ਸਾਡੇ ਹੁਣ ਬੀਜ ਹੋਣ ਲੱਗ ਗਈਆਂ, ਕੋਈ ਅੱਜ ਭਿਉਂਗੇ ਫਿਰ ਕੱਢੂਗੇ, ਫਿਰ 2-3 ਦੂਏ ਲੋਟ ਦੱਬਣੀ ਹੈ, ਤਾਂ 20 ਤਰੀਕ ਆਏਗੀ ਤਾਂ ਹੀ ਚਾਲ ਜੀ ਬਣਨੀ ਹੈ। ਪੂਰੀ ਹਾਂ ਬੂਟਿਆਂ ਮਾਲਾ ਚਰੀ ਚੁਰੀ ਬੀਜੀ ਹੋਊਗੀ। ਹਾਂ ਇਹਨਾਂ ਮਾਲਾ ਚਰੀ ਚੁਰੀ ਬੀਜਣਾ। ਹਾਂ ਪੂਰੀ ਅੱਜ ਮੈਂ ਲੰਬੜਦਾਰ ਲਾਈਵ ਦੇਖਿਆ ਕੰਮ ਕਰਦਾ, ਮੈਨੂੰ ਇਹਦੇ ਪਰ ਤਰਸ ਆਇਆ। ਨਹੀਂ ਅੱਜ ਮੈਨੂੰ ਤਰਸ ਆਇਆ, ਕਦੇ ਤੂੜੀ ਚੱਕੇ, ਕਦੇ ਮੈਸਾ ਬੰਨੇ, ਕਦੇ ਗੋਹਾ ਖਿੱਚੇ, ਅੱਜ ਮੈਂ ਫੀਲਿੰਗ ਜੀ ਕੇ ਦੇਖਿਆ ਇਹਨੂੰ ਕੰਮ ਕਰਦਾ। ਨਾ ਲਿਆ ਦਾ ਫਿਰ ਆ ਦੇਖ ਪਤਾ ਲੱਗ ਗਿਆ, ਆਪਾਂ ਇਹ ਕਰ ਲਈ ਤਾਂ ਵੀ ਪਤਾ ਹੀ ਸ਼ੋਅ ਹੀ ਨਹੀਂ ਕਰੀਦਾ ਗੱਲ। ਬਾਕੀ ਬਾਕੀ ਭਾਈ ਜਿਹੜੇ ਬੂਟੇ ਵਾਲੇ ਖੇਤ ਹੈ ਇਹਦੇ ਮਾ ਤਵੀਆਂ ਜ਼ਿਆਦਾ ਕਾਮਯਾਬ ਹੈ ਪੂਰੀ ਨਾ, ਇਹ ਲਿਫਟ ਵਾਲੀਆਂ ਵਧੀਆ। ਜੇ ਦੂਈਆਂ ਨੂੰ ਆਪਣਾ ਗੇੜਾ ਆਪਣਾ ਅੰਦਰ ਹੀ ਮੋੜਨਾ ਪੈ ਗਿਆ ਨਾ, ਉਹਨਾਂ ਨਾਲ ਨਹੀਂ ਮੋੜਨਾ, ਇਹਦੇ ਨਾਲ ਪੂਰੀ ਉਹਦਾ ਉੱਠਣੇ ਦਾ ਖਤਰਾ ਨਾ, ਜੇ ਕਿਤੇ ਗਲਤ ਫਾਂਟ ਆ ਜਾਵੇ। ਇਹ ਜਿੱਕਣਾ ਮਰਜ਼ੀ ਆ ਬਾਬਾ ਜੀ, ਇਹਦਾ ਟ੍ਰੈਕਟਰ ਨੇ ਦਾ ਕੰਮ ਬਹੁਤ ਸਾਰੇ ਆ, ਹੜੰਬੇ ਨੇ ਵੀ ਜਾਨ ਕੱਢਤੀ ਦੀ, ਪੂਰੀ ਕਰਦਾ ਜਾਨ ਹੜੰਬਾ ਦਾ ਜਾਨ ਕਿ ਨਹੀਂ, ਸੁੱਕਾ ਲਾਣ ਕੁਛ ਨਹੀਂ ਜਾਂਦਾ ਜਿਹੜਾ ਸਾਰਾ ਗਿੱਲਾ ਹੁੰਦਾ ਉਹਦਾ ਵੀ। ਫਿਰ ਵੀ ਭੂਰੀ ਨੇ ਬਚਾਇਆ ਪਿਆ, ਸਾਂਭਿਆ ਪਿਆ ਇਹ। ਬਾਕੀ ਭਾਈ ਹੁਣ ਚੱਲਦਾ ਕੰਮ, ਮੱਠਰ ਪੂਰੀ ਪਾਣੀ ਤਾਂ ਇੱਕ ਵਾਰ ਲਾਉਣਾ ਪੈਂਦਾ ਰੇ ਪਾ ਕੇ ਨਾ, ਗਲ ਜਾਂਦਾ ਪਾ ਕੇ ਪਾਣੀ, ਫਿਰ ਆਏ ਆ ਵੀ ਗਲ ਜਾਂਦਾ ਵਿੱਚ ਬਹਿ ਜਾਂਦਾ। ਜੇ ਹੁਣ ਆਪਾਂ ਨੇ ਦੇਖਿਆ ਵੀ ਇੱਕ ਨਹੀਂ ਤਵੀਆਂ ਨਾਲ ਜਾਂ ਫਾਲਿਆਂ ਨਾਲ ਬਾਅਦ ਨਾ ਜਾਂ ਕੱਦੂ ਕਰਦੇ ਆ ਵੀ ਸਾਰੇ ਡਲੇ ਉੱਪਰ ਤੇਰੇ ਆਉਂਦੇ, ਇੱਕ ਸਾਈਡ ਲੱਗ ਜਾਂਦਾ, ਇੱਕ ਜਾਂ ਹਵਾ ਆਉਣੀ ਤੇਰੀ ਸਾਰਾ ਇੱਕ ਸਾਈਡ ਚਲੇ ਜਾਂਦਾ, ਰੋੜੇ ਜਿਹਾ ਆਣੇ। ਹਾਂ ਰੋੜੇ ਜਿਹਾ ਆਣ, ਉਹੀ ਚੱਕਰ ਆ, ਇੱਕ ਪਹਿਲਾਂ ਤਾਂ ਕਰਨਾ ਪੈਂਦਾ, ਲਾਉਣਾ ਪੈਂਦਾ ਪਾਣੀ। ਇਹ ਪੂਰੀ ਹੁਣ ਆ ਪੈਪ ਦੱਬੇ ਦੇ ਵਿੱਚ ਨੂੰ ਉਹਦੇ ਕਰਕੇ ਪਾਣੀ ਛੱਡਿਆ ਪਿਆ। ਅੱਛਾ ਪੈਪ ਲੈਣ। ਹਾਂ ਪੈਪ ਲੈਣ ਦੱਬੀ ਮਖਾ, ਇੱਕ ਪਹਿਲਾਂ ਬਹਿ ਜਾਵੇ ਮਿੱਟੀ, ਇੱਕ ਮੀਂਹ ਚਾਹੀਦਾ ਬਾਈ ਹੁਣ ਸਭ ਪਾਸੇ ਕੰਮ ਲੋਟ ਆ, ਗੱਡਮਾ ਜਾ ਪੈ ਜਾਵੇ, ਠੰਡ ਜੀ ਹੋ ਜਾਂਦੀ ਮੀਂਹ ਪਏ ਤੇ। ਬਾਈ ਸਾਨੂੰ ਤਾਂ ਲੱਗਦੀ ਨਹੀਂ, ਇਸ ਟਾਈਮ ਸੀਰੀ ਸਰਵਿਸ ਵੀ ਨਹੀਂ ਕਰਾਈ, ਇਹਨੂੰ ਗਰਮੀ ਜ਼ਿਆਦਾ ਲੱਗਦੀ। ਇਹ ਜ਼ਿਆਦਾ ਮੰਗਦਾ, ਨਵਾਂ ਜ਼ਿਆਦਾ ਨਹੀਂ ਮੰਗਦਾ ਯਾਰ, ਮੈਂ ਦੁਪਹਿਰੇ ਏਸੀ ਲਾ ਕੇ ਪੈ ਗਿਆ ਯਾਰ, ਮੈਂ ਸਾਨੂੰ ਕੱਖ ਪਾਉਣੇ ਪਏ ਨਾ, ਆਏ ਪਸੀਨਾ ਚੋਂ ਵੀ। ਕੋਈ ਇੱਕ ਗੱਲ ਹੈ, ਜਿਹੜਾ ਏਸੀ ਵਾਲਾ ਬੰਦਾ ਜਦ ਦੁਆਰਾ ਨਿਕਲਦਾ ਫਰਕ ਤਾਂ ਪੈਂਦਾ, ਫਰਕ ਤਾਂ ਪੈਂਦਾ, ਬਹੁਤ ਫਰਕ ਪੈਂਦਾ। ਅੱਜ ਤਾਂ ਹੈ ਵੀ ਗਰਮੀ ਬਾਈ ਬਹੁਤ, ਕੱਲ੍ਹ ਇਹਨੇ ਘੱਟ ਦੀ। ਚਲੋ ਜੀ ਬਾਈ ਹੁਣ ਪੂਰੀ, ਕੱਲ੍ਹ ਪਤਾ ਨਹੀਂ ਮੈਨੂੰ ਟਰੈਕਟਰਾਂ ਕਰਕੇ ਨਹੀਂ ਲੱਗਦੀ ਅੱਜ, ਗਰਮੀ ਹੁਣ ਮਾੜੀ ਜਿਹੀ ਖੇਤਾਂ 'ਚ ਹਵਾ 'ਚ ਲੱਗੀ ਜਾਂਦੀ ਹੈ। ਚੱਲ ਫਿਰ ਪੂਰੀ ਦੇ ਬਾਈ ਗੇੜਾ, ਬਾਈ ਆ ਮੁੰਡੇ ਦੀ ਸਕੂਟਰੀ ਵਾੜੀ ਦੀ ਖੇਤ ਵਾ, ਪਹਿਲਾਂ ਮੈਂ ਸਾਨੂੰ ਆਇਆ ਤਾਂ ਵੀ ਇਹ ਵੜਨੀ ਨਹੀਂ ਪਾ ਜਾਣ ਹੈਗੀ ਆ, ਟਾਇਰ ਛੋਟਾ ਰਾ ਪੂਰੀ ਥੱਲੇ ਹੀ ਲੱਗਦੀ ਆਈ ਹੈ, ਮੋਟਰਸਾਈਕਲ ਦਾ ਸਮਾਨ ਇਹਨੇ ਆਪਣੇ ਹਿਸਾਬ ਦੀ ਲੱਤੀ ਵੀ ਹੈ, ਪੈਰ ਲੱਗ ਜੂਗੇ ਉਹ ਪੂਰੀ ਨਹੀਂ, ਅਸੀਂ ਲਿਆਏ ਤੇ ਸਮਾਨ ਇਹਦੇ ਡਿੱਗੀ 'ਚ ਰੱਖ ਹੋ ਗਿਆ, ਨਹੀਂ ਲਿਫਾਫੇ ਜ਼ਿਆਦਾ ਰੱਖਦੇ ਤੇ ਹੱਥਾਂ 'ਚ ਫੜੇ ਨਹੀਂ ਹੈਗਾ ਵੀ ਕਿਆ ਪਿਆ ਪਿਆ, ਇਹਦੇ ਜਸਲਾ ਹੈਗਾ ਦਿਖਦਾ ਨਹੀਂ ਹੈਗਾ, ਆਏ ਨਹੀਂ ਪਤਾ ਵੀ ਚਸਲਾ ਹੈਗਾ ਏ ਕਿ ਨਹੀਂ। ਬਹੁਤ ਹੋਇਆ ਛੱਡਤੀ ਜਗ੍ਹਾ, ਠੀਕ ਆ।
ਜੀਰੀ ਚ ਵੀ ਛੱਡਤੀ ਸੀ, ਜੀਰੀ ਚ ਮਿੱਟੀ ਆ ਲਾ ਕੇ ਸਮਾਜ ਵੀ ਬਣਾਤੀ ਉੱਪਰ। ਕਿੰਨੇ ਕੁ ਦਿਨ ਬਾਅਦ ਬੱਚੇ ਕੱਢ ਲੈਂਦੀ? ਇਹ 22 ਦਿਨ ਬਾਅਦ। 22 ਦਿਨ ਬਾਅਦ ਬੱਚੇ ਕੱਢ ਲੈਂਦੇ, ਕਬੂਤਰ ਵੀ 22 ਦਿਨ ਬਾਅਦ ਕੱਢ ਲੈਂਦੇ, ਇਹ ਵੀ 22 ਦਿਨ ਬਾਅਦ ਕੱਢ ਲੈਂਦੇ। ਚੱਲ ਪੂਰੀ ਦੇ ਫੇ ਗੇੜਾ ਚੱਕ ਦੇ ਫੱਟੇ। ਗੇੜਾ ਤਾਂ ਹੁਣ ਦਿੱਤਾ ਵੇ ਖਤਮ, ਇੱਧਰ ਤਾਂ ਕੰਮ ਹੈ ਉਹ ਪਰਾਂ ਜਾਣਾ। ਅੱਛਾ ਨਿਬੜੇ ਗਿਆ, ਬਾਹੇ ਲਿਆ ਕੱਢ ਕੇ ਕਹੇ ਪਿੱਛੇ ਮੁੜੂਗਾ? ਪਿੱਛੇ ਮੁੜਨਾ ਪੈਣਾ, ਬੈਕ ਮੁੜਨਾ ਪੈਣਾ। ਅੱਛਾ ਖੇਤ ਹੈ ਰਹਿ ਗਈ। ਬੂਟੇ ਹਿਸਾਬ ਕੇ ਪਾਉਣਾ ਪੈਂਦਾ ਹੈ ਕਿਉਂਕਿ ਬਾਈ ਜਿਹੜੀ ਮਾਂ ਦੋਹਾਂ ਲੱਗ ਦੋਹਾਂ ਸਾਈਡ ਲੱਗ ਪਾਉਣੀ ਪੈਂਦੀ ਹੈ। ਲਾ ਤਾ ਭੂਰੀ ਨੇ ਬਾਈ, ਆਉਣੇ ਤੂੰ 10 ਕਬੂਟੇ ਤੋੜ ਦੂਗਾ? 10 ਮੈਂ ਸਾਰੇ ਤੋੜ ਦਸ ਜੇ ਫੜ ਲਿਆ। ਕਿਤੇ ਲੈਣਾ ਹੀ ਲੰਬੀਆਂ ਬਾਤ ਵੇ, ਕਿਤੇ ਭੂਰੀ ਗਏ ਬੂਟੇ ਕਿੱਥੇ ਗਏ, ਲੈਣਾ ਲੰਬੀਆਂ ਬਾਤ ਸਕਦਾ ਬਾਈ? ਕੁਛ ਵੀ ਹੋਇਆ ਹੁੰਦਾ ਤਾਂ ਪਤਾ ਹੀ ਨਹੀਂ, ਪਤਾ ਹੀ ਨਹੀਂ ਹੈਗਾ ਕਿਹੜਾ ਕਿੱਧਰ ਲੈਣਾ ਹੈ। ਕਿਤੇ ਭੂਰੀ ਆ ਕੇ ਦੇਖ ਕੇ ਲੈਣਾ ਲੰਬੀਆਂ ਪਈਆਂ, ਭੂਰੀ ਨੂੰ ਕਹਾਂ ਮੈਂ ਕਿਹਾ ਲਿਆ ਛੱਡ ਮਾੜਾ ਕੰਮ ਖਰਾਬ ਹੋ ਸਕਦਾ ਹੈ। ਭੂਰੀ ਹੁਣ ਪਰੇ ਤਾਂ ਮੁੜ ਕੇ ਲਿਆਊਂਗਾ, ਫਾਂਡ ਰਹਿ ਗਈ। ਆਪਣੇ ਵਰਗੇ ਨੇ ਕਿਆ ਕਰਨਾ, ਆਪਣੇ ਵਰਗੇ ਰੂਰੀ ਘੁਮਾ ਦੇਣਾ ਤਾਂ ਆਪਣਾ ਕੰਮ ਖਰਾਬ ਹੋ ਜਾਊਗਾ। ਉਹ ਪੂਰੀ ਆ ਕੇ ਨਾ ਮੈਨੂੰ ਫੜਾ ਦੇ, ਮੈਂ ਸਾਰੀ ਛਿੱਟੀਆਂ ਤੋੜ ਦੇਣੀਆਂ। ਲਓ ਬਾਈ ਇੱਕ ਗੇੜੇ ਲਈ ਮਾਰ ਲੈਣਾ। ਇਹ ਵੀ ਬਾਈ ਜਿਹਨੂੰ ਤਜਰਬਾ ਹੋਈ ਬਾਹ ਸਕਦਾ ਏ, ਐਂ ਕੰਮ ਤਾਂ ਕਰੀ ਜਾਂਦੇ ਬਾਈ, ਇੰਨਾ ਨੀ ਹੋਣਾ ਬੂਟਿਆਂ ਬਾਟੇ ਵਾਲਾ ਕਿ ਨਹੀਂ। ਲਓ ਜੀ ਬਾਈ ਦੁਬਾਰਾ ਤੋਂ ਫਿਰ ਅੰਕਲ ਕੋ ਆਏ ਆ। ਹਾਂ ਉਹਨੇ ਕਿਹਾ ਦੇਖਦਾ ਹੈ ਕਿਆ ਹੋ ਗਿਆ, ਕਿੱਡਾ ਗੇਟ ਗਿਆ, ਕਦਮਾ ਵੀ ਦੇਖ ਲੈ ਲੰਬਾ ਵੀ ਦੇਖ ਲੈ, ਗੇਟ ਤੋਂ ਦੇਖ ਕੇ ਡਰਦਾ ਹੈ, ਗੇਟ ਚ ਜਾਨਵਰ ਲੰਘਣਾ ਕੋਈ। ਅੰਕਲ ਕਹਿੰਦਾ ਇੱਕ ਗੇਟ ਹੈ ਇੱਕ ਉੱਧਰ ਪਿਆ। ਅੰਕਲ ਦੇ ਬਾਈ ਸਕੂਟਰੀ ਨੂੰ ਮੱਥਾ ਟੇਕਦਾ, ਇਹ ਚ ਕਹਿੰਦੇ ਜਾਦੂ ਹੈ। ਅੰਕਲ ਗੇਟ ਲਾ ਕੇ ਬੰਦੇ ਹੈ, ਅੱਛਾ ਮਿੱਟੀ ਵਾਲੀ ਚੱਲ ਠੀਕ ਹੈ, ਫਿਰ ਉਹਨੂੰ ਮਿਲ ਲੈਂਦੇ ਰਸਤੇ 'ਚ। ਅੰਕਲ ਦਾ ਹੋ ਗਿਆ ਕੋਟਾ ਪੂਰਾ ਹੁਣ, ਅੰਕਲ ਮੁੰਡੇ ਨੇ ਪਾਰਟੀ ਕਰਨੀ ਹਲੇ ਤੈਨੂੰ ਜਨਮ ਦਿਨ ਦੀ? ਅੰਕਲ ਚੱਲ ਵੀ ਅੰਕਲ ਦੀ ਅਲਵਿਦਾ। ਹਾਂ ਹਾਂ ਅੰਕਲ ਬੋਤਲ ਹੁਣ ਆਪਣੇ ਗੇਟ ਛੋਟਾ ਹੈ, ਗੇਟ ਬਹੁਤ ਬੜਾ ਹੈ ਆਪਦਾ ਗੇਟ ਦੇਖ ਕੇ। ਉਹ ਦੇਖੋ ਬਾਈ ਦਰਵਾਜ਼ਾ, ਉਹ ਦੇਖੋ ਤੁਸੀਂ ਵੀ ਨਹੀਂ ਉਹ ਕਿੱਡਾ ਪਿਆ। ਹਾਂ ਆ ਜੌਂਡੀਅਰ ਜੀ ਖੜਾ ਇੱਧਰ। ਲਓ ਜੀ ਬਾਈ ਭੂਰੀ ਨੇ ਪੁੰਨ ਖੱਟ ਲਿਆ, ਸਭ ਤੋਂ ਬੜਾ ਪੁੰਨ। ਭੂਰੀ ਕਿਹੜਾ ਪੁੰਨ? ਮੈਂ
ਕੋਈ ਨੀ ਖੱਟਿਆ ਉਹਨੇ ਖੱਟਿਆ ਨੇ ਮੰਨੇ ਦਾ 4 ਸਾਲ ਪੁਰਾਣਾ 3 ਸਾਲ ਪੁਰਾਣਾ ਰੇਚ ਗਾਤਾ ਪੂਰੀ ਅੱਜ ਬਾਈ ਅਸੀਂ ਬਹੁਤ ਦੂਰ ਘੁੰਮੇ ਮੈਂ ਮਨਾ ਇੱਧਰ ਨਵੇਂ ਸ਼ਹਿਰ ਕਰਨੀ ਉਹਦੀ ਭਾਣਜੀ ਦਾ ਪੇਪਰ ਤਾਂ ਉੱਥੇ ਜਾਏ ਮਤਲਬ ਬਹੁਤ ਜ਼ਿਆਦਾ ਗਰਮੀ ਪੈਂਦੀ ਹੈ ਇਹਨਾਂ ਨੇ ਵੀ ਅੱਜ 11 ਵਜੇ ਤੱਕ ਭਰਿਆ ਦੋ ਟਰਾਲੇ ਕੱਢੇ ਇਹ ਪੂਰੀ ਕਹਿੰਦੇ ਉਹ ਟੀਮ ਹੈ ਜਿਹੜੀ ਟਰਾਲਾ ਫਸਾ ਦਿੰਦੀ ਹੈ ਇਹਨਾਂ ਨੇ ਉੱਦਾਂ ਫਸਾ ਦਿੱਤਾ ਹਲੇ ਹਸੜ ਉੱਪਰ ਤੇ ਖਾਲ ਚ ਟਰਾਲਾ ਫਸਾ ਕੇ ਹਸੜ ਟਰਾਲਾ ਫਸਾ ਦੀ ਪੂਰੀ ਪੈ ਜੂ ਅੱਜ ਸਾਰਾ ਕੱਲ ਨਿਬੜ ਜਾਣਾ ਤਾਂ ਕਿਤਨੇ ਟਰਾਲੇ ਪੈ ਗਏ ਬਾਈ ਜੀ ਅੱਛਾ ਉੱਥਾ ਹੈ ਸ਼ੰਕਰ ਅੱਜ ਸਪੀਡ ਕਿਉਂ ਘੱਟ ਹੈ ਸਪੀਡ ਘੱਟ ਅੱਜ 4 ਟਰਾਲੀ ਪਏ ਹੈ ਆ ਧੁੱਪ ਤੰਗ ਕਰਦੀ ਹੈ ਮਰਨਾ ਥੋੜੀ ਆ ਕਹਿੰਦਾ ਮੈਂ ਸ਼ਾਦੀ ਆ ਸਾਡੇ ਕਹਿੰਦਾ ਮੈਂ ਖਾਸ ਹੁੰਦਾ ਥੋੜੋ ਸੀਕ ਬਹੁਤ ਪੈਂਦਾ ਮੈਂ ਵੀ ਗਰਮੀ ਚ ਹੈ ਔਖਾ ਕਹਿੰਦਾ ਹਮਨੇ ਸੀਲੀ ਬੰਨ ਲੈਣੀ ਬਰਫ਼ ਦੀ ਸੀਲੀ ਬੰਨ ਲੈ ਜੋ ਪਿਘਲ ਜਾਣੀ ਉੱਥੇ ਤੱਕ ਜਾਂਦੇ ਜਾਂਦੇ ਚੱਲ ਪੂਰੀ ਹਮਨੇ ਦਾ ਵੀ ਕੰਮ ਹੋ ਗਿਆ ਤੇਰਾ ਵਧੀਆ ਪੂਰੀ ਬਾਈ ਬਹੁਤ ਤੰਗ ਹੈ ਉਧਰ ਏਸੀ ਵਾਲੇ 5 ਦਿਨ ਹੋ ਗਏ ਸਰਵਰ ਕੰਮ ਨਹੀਂ ਆਉਂਦੇ ਹੈਗੇ ਅਜੇ ਗੁੱਸਾ ਆ ਖਾ ਕੇ ਮਾਪੇ ਕਰਦੇ ਸੀ ਟੁੱਟੀ ਵਾਲੇ ਵੇ ਅੱਛਾ ਹਾਂ ਉਹ ਤਾਂ ਸਾਫੇ ਕਰਨਾ ਧੋਣਾ ਪੈਂਦਾ ਪਈ ਹੈ ਮੋਟਰ ਜੀ ਤੇ ਹਾਵਨੇ ਨੂੰ ਕਹਿੰਦਾ ਜੀ ਦੇਖਦੇ ਜੀ ਸ਼ਾਮ ਤੱਕ ਆ ਗਏ ਨਹੀਂ ਫੇ ਕਰ ਦੇਣੀ ਮੋਟਰ ਜੀ ਦੇਖੋ ਪਈ ਹੈ ਪੂਰੀ ਪਹੀ ਮਾਰਨਾ ਵਿੱਚ ਪਹੀ ਵਧੀਆ ਬਣ ਗਿਆ ਜੀ ਹਾਂ ਪਹੀ ਲੱਗੇ ਹੁਣ ਵੀ ਲੱਗੇ ਵੇ ਕਿੰਨੇ ਕੁ ਟਰਾਲੇ ਪਾਣੀ ਦੇ ਪੈ ਗਏ ਦੁਪਹਿਰੇ ਪਾਏ ਉਹਨਾਂ ਨੇ 2-3 ਟਰਾਲੇ ਦੁਪਹਿਰੇ ਪਾਏ ਹਾਂ ਹੈ ਨਜ਼ਾਰਾ ਵਿੱਚੇ ਨਹਾਉਂਦੇ ਵਿੱਚੇ ਪੌੜੀ ਪਾਣੀ ਪਾ ਦੇਖਿਆ ਬੜਾ ਨਜ਼ਾਰਾ ਸਾਲਾ ਬਹੁਤ ਜੀ ਕਰੇ ਮੈਂ ਵੀ ਭੱਜੀ ਮੈਂ ਛੱਡ ਨਹੀਂ ਸਕਦਾ ਇਹਨੂੰ ਫਸਿਆ ਪਿਆ ਏ ਇਹ ਤਾਂ ਹੈ ਨਿਆਣੇ ਕਹਿੰਦੇ ਅਸੀਂ ਵੀ ਜਾਣਾ ਨਿਆਣੇ ਆ ਖੱਡੇ ਲੱਗੇ ਮੈਂ ਮਗਰ ਪਏ ਬਾਈ ਮਨੇ ਦਾ ਇੱਥੇ ਢੇਰ ਸ਼ੁਰੂ ਹੋ ਜਾਂਦਾ ਏ ਜੇ ਕੋ ਅਗਲੇ ਟ੍ਰੇਨ ਦਾ ਡੱਬਾ ਹੁੰਦਾ ਹਲੇ ਵੀ ਖਾਸੀ ਗਾਂ ਤੱਕ ਵੇਖ ਨਹੀਂ ਹੋਰ ਵੀ ਲੰਬਾ ਪੂਰੀ ਉਹ ਪਿੱਛੇ ਤੱਕ ਇਹ ਨਹੀਂ ਮੈਂ ਦੇਖਿਆ ਘੁੰਮ ਕੇ ਹੈ 3 ਸਾਲ ਪੁਰਾਣਾ ਡੰਗਰ ਕੱਟ ਗਿਆ ਨਹੀਂ ਤੇ ਬਹੁਤ ਖੜਾ ਉਹਦੇ ਕਿੰਨਾ ਪਦੀਨਾ ਖੜਾ ਪਦੀਨਾ ਇਹਨਾਂ ਵਰਤਦੇ ਆ ਫਾਇਦਾ ਕੀ ਉਹਦਾ ਪਦੀਨਾ ਬਹੁਤ ਖੜਾ ਪੂਰੀ ਦਿਨ ਮਾ ਕਿੰਨੀ ਗਰਮੀ ਲੱਗੀ ਭਾਈ ਦਿਨ ਚ ਤਾਂ ਬਾਈ ਬਹੁਤ ਗਰਮੀ ਅੱਜ ਜ਼ਿਆਦਾ ਦੀ 45 ਡਿਗਰੀ ਟੈਂਪਰੇਚਰ ਤਾਂ ਟਾਈਮ ਕਿਹਾ ਹੋਊਗਾ ਤਾਂ ਟਾਈਮ ਘਟ ਜਾਂਦੀ ਮੀਮੂ ਪੈ ਜਾਂਦਾ ਕਰਤੀ ਪਨੀਰੀ ਪਾਣੀ ਦੇ ਬਾਹਰ ਕਿਤੇ ਹੋਈ ਕੰਮ ਨਾ ਹੋ ਜਵੇ ਹੋਵੇ ਫਾਇਦਾ ਹਾਂ ਬਾਈ ਆ ਟਰਾਲੇ ਦਾ ਲੰਦੇ ਲੇਬਰ 400 ਰੁਪਈਆ 13 ਕਿੰਨੇ ਦਾ 13-6 ਟਰਾਲਾ 400 ਰੁਪਏ ਲੇਬਰ ਚੱਲਦੀ ਅੱਜ ਕੱਲ ਪਰ ਕਰ ਜੂਗਾ 250 ਤੱਕ ਆ ਜਾਏਗਾ ਘਟਣਾ ਘੁਟਣਾ ਕੋਈ ਨੀ ਸ਼ੰਕਰ ਕਿੰਨੇ ਦਿਨ ਚੱਲੇਗਾ ਵੀ ਗੋਹਾ ਹੈ 10 ਕੁ ਦਿਨ ਹੋਰ ਨਾ ਪੂਰੀ ਉੱਦਾਂ ਕੰਮ ਤਾਂ 10 ਦਿਨ ਚੱਲੂਗਾ ਚੱਲੂਗਾ ਅੱਜ ਤੂੰ ਟਰੈਕਟਰ ਚਲਾਏਗਾ ਚਲਾਊਂਗਾ ਪੂਰੀ ਡਰਾਈਵਰ ਹੈ ਹਾਂ ਲਕੱਦਾ ਚਿੰਬੜਿਆ ਮੈਂ ਕਹਿੰਦਾ ਮੈਂ ਟਰੈਕਟਰ ਚਲਾਉਂਗਾ ਪੰਮੂ ਵਾਲਾ ਕੰਮ ਕਰੂਗਾ ਬਸ ਬਾਈ ਆ ਹੋ ਚੱਲਿਆ ਪੂਰੀ ਆਹ ਬਿੱਡ ਬਾਈ ਅੱਜ ਤੇ ਬਹੁਤ ਟਾਈਮ ਪਹਿਲਾਂ ਆਏ ਕਰਦੇ ਰੇਕਣ ਵਾਲੇ ਇਹ ਜਿਹਾ ਸਾਡਾ ਨਾ ਹੈ ਫਾਇਦਾ ਜਾਂ ਅਸੀਂ ਆਪਣੇ ਘਰ ਕੰਨੇ ਲੈ ਕੇ ਜਾਇਆ ਕਰਦੇ ਲੰਘ ਦਿੰਦਾ ਬਿੱਡ ਖੋਲਣਾ ਪੈਂਦਾ ਦਾ ਚੌੜਾ ਜਿਹਾ ਦਾ ਕਿਆ ਫਾਇਦਾ ਇਹਦਾ ਇਹਦਾ ਫਾਇਦਾ ਮੂੰਹ ਜਿਹੜਾ ਰੇਹ ਨੂੰ ਲੱਦਣਾ ਜਾਂ ਕਣਕ ਕੁਣਕ ਆਉਣਾ ਹੈ ਵਧੀਆ ਪਰ ਮੂੰਹ ਔਖਾ ਗੰਨਾ ਗੁੰਨਾ ਗੰਨੇ ਨੂੰ ਬਹੁਤ ਲੋਟ ਆ ਚਲੋ ਬਾਕੀ ਮਨੇ ਨੂੰ ਲੱਭਦੇ ਆ ਮਨੇ ਨੂੰ ਕੋਣਾ ਪੈਰੀ ਹੱਥ ਲਵਾ ਲਾ ਜਾਂ ਲੱਤਾਂ ਲਵਾ ਲਾ ਸਾਨੂੰ ਲਵਾ ਦੇ ਏਸੀ ਸਰਵਿਸ ਕਰਦੇ ਏਸੀ ਲਾਉਂਦੇ ਨਹੀਂ ਹੈਗੇ ਇਹਨੇ ਏਸੀ ਲਾਏ ਨਹੀਂ ਯਾਰ ਅੱਛਾ ਸਰਵਿਸ ਕਰਕੇ ਸਰਵਿਸ ਨਹੀਂ ਕਰੀ ਹੈਗੀ ਉਹੀ ਤਾਂ ਕਰਾਉਣੀ ਹੈ ਉਹਨੂੰ ਕੰਪਲੇਂਟ ਪਾਈ ਵੀ ਉਹ ਕਹਿੰਦਾ ਜਿਹੜੇ ਮੁੰਡੇ ਆ ਉਹ ਕਹਿੰਦਾ ਬਾਈ ਅਸੀਂ ਫਰੀ ਆਣੀ ਹਰੇ ਘੱਟੇ ਕਰਦੇ ਇੱਕ ਕੰਪਨੀ ਦੀ ਪੈਸੀ ਕਹਿੰਦਾ ਅਸੀਂ ਪੈਸਿਆਂ ਪਰ ਜਾਂਦੇ ਮੈਂ ਕਿਹਾ ਮੇਰੇ ਤਾਂ ਕਰਜੋ ਹੁਣ ਜੇ ਕੰਪਨੀ ਨੇ ਫਰੀ ਦਿੱਤੀ ਨਹੀਂ ਪੈਸੇ ਲੈ ਜਾਓ ਕਰਜੋ ਬਸ ਕਿ ਨਹੀਂ ਅਸੀਂ ਆਈ ਸੀ ਖੋਲ ਲਿਆ ਬਣਾਈ ਸੀ ਰੱਖ ਜਾਣਾ ਹਾਂ ਚਾਰ ਨਾਟੇ ਆ ਪੂਰੀ ਟਾਇਰ ਤੇ ਲਿਆ ਕੇ ਦਿੱਤਾ ਆਪਣਾ ਟਾਇਰ ਦਾ ਫਾਇਦਾ ਬਾਈ ਬੰਦਾ ਉਂਚਾ ਹੋ ਕੇ ਰੇ ਪਾ ਲੈਂਦਾ ਹੈ ਅੱਜ ਦਾ ਹੀ ਦਿਨ ਹੈ ਨਾ ਹਾਂ ਵਿਹਲੇ ਫਿਰ ਅੱਜ ਨਿਬੜ ਗਏ
ਠੀਕ ਆ।